ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਅਰੀ ਫਾਰਮ ਬਠਿੰਡਾ ਦੇ ਵਿੱਚ। ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਹੋਵੇ, ਆਪਣਾ ਮੋਬਾਈਲ ਨੰਬਰ ਹੈਗਾ 9871823। ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ, ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ, ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਅੱਜ ਦੀ ਵੀਡੀਓ ਵੀਰੇ ਪਿੰਡ ਕੋਠਾ ਗੁਰੂ ਘਰ ਨੇੜੇ ਬਾਈਆਂ ਦੇ ਭਗਤ ਹੈਗਾ, ਅਤੇ ਗੱਲਬਾਤ ਕਰਾਵਾਂਗੇ। ਦੋ ਬੈੜਾਂ, ਇੱਕ ਤਾਂ ਕੱਚੀ ਹੈਗੀ ਥੋੜ੍ਹੇ ਦਿਨਾਂ ਦੀ, ਅਤੇ ਇੱਕ ਤੋਕੜ ਬੈੜਾ ਬਾਈ ਕੋਲ 13 ਲੀਟਰ। ਬਾਈ ਦਾ ਕਹਿਣਾ ਵੀ ਦੁੱਧ ਤਿਆਰ ਹੈਗਾ। ਆ ਜਾ ਵੀਰੇ ਉੱਥੇ ਚੱਲੂ। ਸਤਿ ਸ਼੍ਰੀ ਅਕਾਲ ਬਾਈ, ਹੋਰ ਠੀਕ ਠਾਕ ਹੋ? ਅਤੇ ਵੀਰੇ ਨੰਬਰ ਬੋਲੀ ਆਪਣਾ। ਨੰਬਰ ਹੈ 9780721074। ਦੁਬਾਰਾ ਫਿਰ ਬੋਲ ਦਿਓ। 9780721074। ਓਕੇ। ਅਤੇ ਪਿੰਡ? ਪਿੰਡ ਕੋਠਾ ਗੁਰੂ ਕਾ ਬਾਈ। ਤਹਿਸੀਲ? ਫੂਲ ਬਾਈ। ਫੂਲ, ਜ਼ਿਲ੍ਹਾ ਬਠਿੰਡਾ? ਜ਼ਿਲ੍ਹਾ ਬਠਿੰਡਾ। ਨੇੜੇ ਭਗਤਾ ਬਾਈ ਕਾ? ਹਾਂਜੀ ਬਾਈ। ਠੀਕ ਹੈ ਵੀਰੇ। ਅਤੇ ਅੱਜ ਆਪਾਂ ਦੋ ਨਾਗ ਦਿਖਾਉਣੇ ਬਾਈ। ਹਾਂਜੀ ਬਾਈ। ਅਤੇ ਪਹਿਲੇ ਨੰਬਰ ਵਾਲੀ ਦੀ ਆਪਾਂ ਜੇ ਗੱਲ ਕਰ ਲਈਏ, ਤੇ ਇਹਦੀ ਕੀ ਡਿਟੇਲ ਆ ਬਾਈ? ਇਹਦੇ ਥੱਲੇ ਬਾਈ 13 ਲੀਟਰ ਤੋਂ ਤਿਆਰ ਆ। ਕਿੰਨੇ ਚਿਰ ਦੀ ਸੂਈ ਵੀ ਆ? 4 ਮਹੀਨੇ ਸੂਈ ਆ ਬਾਈ। 4 ਮਹੀਨੇ? ਤੀਜੇ ਸੂਏ ਸੂਈ ਕਿ ਦੂਜੇ ਸੂਏ ਸੂਈ ਆ? ਤੀਜੇ ਸੂਏ ਸੂਈ ਆ। ਤੀਜੇ ਸੂਏ ਸੂਈ ਆ ਰਹੀ ਨਾਲ। ਤੇ ਹੁਣ ਜਮਾ ਨੈਟ ਤਿਆਰ ਆ ਇਹਨਾਂ ਦਾ? ਬਣੀ ਬੁਣੀ ਵੀ ਤਾਂ ਨਹੀਂ ਗਾਂ ਵਾਸਤੇ? 20 ਦਿਨਾਂ ਦੀ ਬਣੀ ਹੋਈ ਆ ਬਾਈ। ਚਲੋ ਆਪਾਂ ਖਾਲੀ ਮੰਨ ਲੈਂਦੇ ਆ। ਖਾਲੀ ਮੰਨ ਕੇ ਦੇਵਾਂਗੇ। ਠੀਕ ਆ ਵੀਰੇ। ਤੇ ਆਹ ਦੇਖੋ ਵੀਰੇ, ਥਣ ਲੇਵਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾਗਾ। ਚਾਰੇ ਥਣ ਨਿਖੜਵੇਂ ਪੂਰੇ ਗੈਪ ਤੇ, ਕੱਦ ਕਾਠ ਦੀ ਕੋਈ ਵੀ ਕਮੀ ਨਹੀਂ। ਇੱਕ ਨੰਬਰ ਬੈੜ ਹੈਗੀ, ਵੱਡੇ ਕੱਦ ਕਾਠ ਦੀ ਆ। ਤੇ ਤਾਜੀ ਨੇ ਦੁੱਧ ਕਿੰਨਾ ਕੁ ਦਿੱਤਾ ਜੀ ਵੀਰੇ? ਇਹਨੇ ਬਾਈ ਕਿਲੋ। ਵੱਡੀ ਆ ਨਾ ਬੈੜ, ਵੱਡੀ ਬੈੜ ਆ। ਤੋਰ ਦੇ ਖੋਲੋ ਤੇ ਕਰ ਲਿਓ ਚੈੱਕ। ਪਿੰਡ ਬਾਈਆਂ ਦਾ ਕੋਠਾ ਗੁਰੂ ਕਾ, ਆ ਦੇਖੋ ਫੇਸ ਕਰੋ ਚੈੱਕ। ਲੰਮੀ ਲੈ ਚੱਲੋ, ਆ ਦੇਖੋ ਜੀ ਥੱਲੇ ਤੋਂ ਕਰ ਲਓ ਚੈੱਕ। ਲੇਵਾ ਲੂਵਾ ਪੂਰਾ ਵਧੀਆ। ਵੀਡੀਓ ਬਣਾਉਣ ਦਾ ਟਾਈਮ ਆਪਣਾ 3 ਵਜੇ ਦਾ, ਉਸ ਹਿਸਾਬ ਨਾਲ ਦੇਖ ਲਿਓ, ਜੱਜ ਕਰ ਲਿਓ ਮੋੜ ਲਈ ਵੀਰੇ। ਅਤੇ ਬਾਕੀ ਦੀ ਗੱਲ ਧਾਰਾਂ ਮਾਰ ਕੇ ਦਿਖਾਉਂਦੇ ਹਾਂ ਤੁਹਾਨੂੰ। ਅਤੇ ਚੰਗੀ ਬੈਡ ਹੈਗੀ, ਆਹ ਦੇਖੋ ਫੇਸ ਦੇਖੋ। ਬਾਈ ਨੇ ਦੂਜਾ ਸੂਆ ਨਹੀਂ ਕਿਹਾ, ਰੇਹੀ ਨਾਲ ਗੱਲ ਕਰੀ ਆ, ਜੇ ਮੈਂ ਤੀਜਾ ਤਾਂ ਤੀਜਾ ਹੀ ਕਿਹਾ ਹੈਗਾ। ਠੀਕ ਹੈ ਜੀ, ਆਹ ਦੇਖੋ ਲੇਵਾ ਲੂਵਾ ਪੂਰਾ ਵਧੀਆ। ਅਤੇ ਮਾਰੀ ਵੀਰੇ ਇਹਦੀਆਂ ਧਾਰਾਂ ਬੰਨ ਕੇ, ਆਹ ਦੇਖੋ। ਆਹ ਦੇਖੋ ਵੀਰੋ ਬਾਈ ਬਹਿ ਗਿਆ ਗਾ ਥੱਲੇ, ਮਾਰਿਓ ਜੀ ਧਾਰਾਂ। ਧਾਰਾਂ ਧੂਰਾਂ 1 ਨੰਬਰ ਆਈਆਂ, ਆਹ ਦੇਖੋ। ਅਤੇ ਮੂਰਲਿਆਂ 'ਚ ਵੀ ਮਾਰ ਦਿਓ ਜੀ, ਕੋਈ ਆਪਾਂ ਪਸਮਾਈ ਨਹੀਂ ਵੀਰੇ, ਉਹੀ ਤੁਹਾਨੂੰ ਧਾਰਾਂ ਮਾਰ ਕੇ ਦਿਖਾ ਰਹੇ ਹਾਂ। ਬਾਕੀ ਦਾ ਸੰਪਰਕ ਤੁਸੀਂ ਬਾਈਆਂ ਨਾਲ ਕਰ ਲੈਣਾ, ਨੰਬਰ ਤੁਹਾਨੂੰ ਪੁੱਛ ਕੇ ਦੱਸਤਾ, ਪਿੰਡ ਦੱਸਤਾ ਗਾ। ਓਕੇ ਆ ਬਾਈ, ਓਕੇ। 13 ਕਿਲੋ ਦੁੱਧ ਜਾਣੀ ਤਿਆਰ ਆ ਵੀਰੇ, ਹੈ ਨਾ? ਅਤੇ ਆ ਜਾ ਉੱਥੇ ਆ ਜਾ। ਅਤੇ ਡਿਮਾਂਡ ਵੀਰੇ ਇਹਦੀ ਕੀ ਹੈ? ਜਮਾਂ ਜਾਇਜ ਮਾਨਤਾਨ ਹੋ ਜੂ ਮੌਕੇ 'ਤੇ? ਠੀਕ ਹੈ ਵੀਰੇ, ਮੌਕੇ 'ਤੇ ਜ਼ਰੂਰ ਮਾਨਤਾਨ ਹੋ ਜੂ। ਠੀਕ ਹੈ, ਪਹਿਲੇ ਨੰਬਰ ਵਾਲੀ, ਹੁਣ ਦੂਜੇ ਨੰਬਰ ਵਾਲੀ ਦੇ ਆ ਜਾਓ ਬਾਈ। ਹਾਂਜੀ, ਇਹਦੀ ਕੀ ਡਿਟੇਲ ਆ ਬਾਈ? ਇਹ ਬਾਈ ਦੂਜਾ ਸੂਆ ਸੌ ਗਈ ਬੈਡ। ਕਿੰਨੇ ਦਿਨ ਲੈਂਦੀ ਆ ਇਹਦੇ ਬਾਈ? 17 ਤੋਂ 20 ਦਿਨ ਬਾਕੀ ਆ ਬਾਈ। ਚਲੋ 25 ਦਿਨ ਕਹਿ ਦਈਏ ਆਪਾਂ। ਹਾਂਜੀ 25 ਦਿਨ। ਤੇ ਕਿੰਨਾ ਦੁੱਧ ਕੱਢਿਆ ਪਹਿਲੇ ਸੂਏ? ਇਹਨੇ ਕੱਢਿਆ 12 ਕਿਲੋ ਦੁੱਧ। 12 ਕਿਲੋ ਦੁੱਧ, ਹਾਂਜੀ। ਠੀਕ ਆ, ਤੇ ਅੱਜ ਕੀ ਕਿੰਨਾ ਕੱਢ ਦੂਗੇ? ਚਾਰ 14 ਦਿਨ ਵੀ ਦੇਗੇ। ਸੀਲ ਸੂਲ ਪੂਰੀ ਸੀਗੀ? ਬਹੁਤ ਸੀਲ ਆ ਜੀ, ਕਹਿੰਦੇ ਜੀ ਆਈ ਵੈਰੀ ਗੁੱਡ। ਜੇ ਹੁਣ ਆਪਾਂ ਕੋਈ ਲੈ ਕੇ ਜਾਵੇ, ਅਗਲਾ ਨਹੀਂ ਵੀ ਯਕੀਨ ਮੰਨਦਾ, ਚੈੱਕ ਕਰਾ ਕੇ ਦੇ ਦੂੰਗਾ। ਹਾਂਜੀ ਹਾਂਜੀ, ਚੈੱਕ ਕਰਾ ਕੇ ਦੇ। ਠੀਕ ਆ, ਤੇ ਇਹਦੀ ਡਿਮਾਂਡ ਕੀ ਹੈਗੀ? ਇਹਦਾ ਮੁੱਲ 32000 ਦੀ। 32000 ਰੁਪਏ ਤਿਆਰ ਹੋਈ ਵੀ ਵਿਕ ਜੂ 50000 ਦੀ? 45000 ਦੀ ਤਾਂ ਵਿਕ ਜਾਊ ਬਾਈ ਯਾਰ। ਠੀਕ ਆ, ਲੈ ਕੱਢ ਲਾ ਬਾਹਰ ਨੂੰ ਤੋਰ ਕੇ ਦਿਖਾ ਦਈਏ। ਆ ਦੇਖੋ ਜੀ, ਪੂਰੇ ਵਧੀਆ ਗਏ, ਤੇ ਬਾਕੀ ਦਾ ਹਜੇ ਤਾਂ ਇਹਦੇ ਦਿਨ ਪਏ, ਮਹੀਨੇ ਹੀ ਮੰਨ ਲਓ ਪਹੁੰਚ ਤੁਸੀਂ। ਆ ਦੇਖੋ, ਸੋਹਣੀ ਸ਼ਾਹੀਵਾਲ 'ਚ ਆ ਗਈ ਥੋੜ੍ਹੀ ਜੀ ਬਲੈਕ 'ਚ। ਆ ਦੇਖੋ ਜੀ, ਚੰਗੀ ਆ ਬੈਠੇ ਵੀ, ਮੋੜ ਲਿਆ ਵੀਰੇ। ਇਹ ਜਿਹੜੇ ਵੀਰ ਨੇ ਕੋਈ ਸਾਂਭਣੀ ਆ ਮਹੀਨਾ, ਉਹ ਲੈ ਲਿਓ, ਕਰ ਲਿਓ ਬਾਈ ਨਾਲ ਸੰਪਰਕ। ਆ ਕਰੋ ਜੀ,
ਪੂਰੀ ਵਧੀਆ ਮੁੱਲ ਤੁਹਾਨੂੰ ਦੋਨਾਂ ਦੇ ਪੁੱਛ ਤੇ ਧਾਰਾਂ ਮਾਰ ਕੇ ਦਿਖਾਤੀਆਂ। ਆਹ ਕਰੋ ਜੀ ਚੈੱਕ, ਆਹ ਪਹਿਲੇ ਨੰਬਰ ਵਾਲੀ ਦੇਖ ਲਓ, ਚੰਗੀ ਬਰੀਡ ਦੀ ਐਚ ਐਫ 'ਚ ਆ ਗਈ, ਅਤੇ ਦੂਜੇ ਨੰਬਰ ਵਾਲੀ ਸ਼ਾਹੀਵਾਲ 'ਚ ਆ ਗਈ, ਮੀਡੀਅਮ ਸਾਈਜ਼ ਦੀ ਆ, ਅਤੇ ਜਿਹੜੀ ਪਹਿਲੇ ਨੰਬਰ 'ਤੇ ਤੁਹਾਨੂੰ ਦਿਖਾਈ ਆ ਵੱਡੇ ਕੱਦ ਕਾਠ ਵਾਲੀ, ਨੰਬਰ ਫਿਰ ਬੋਲਦੇ ਬਾਈ। ਮੋਬਾਈਲ ਨੰਬਰ 97807 ਪਿੰਡ ਭਗਤਾ ਬਾਈ ਕਾ, ਹਾਂਜੀ ਕੋਠਾ ਗੁਰੂ ਕੋਠਾ ਗੁਰੂ ਕਾ, ਭਗਤਾ ਬਾਈ ਕਾ ਨੇੜੇ, ਹਾਂਜੀ ਠੀਕ ਹੈ ਵੀਰੇ। ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ, ਜਲਦ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਨਾਲ।